ਗੈਂਗ ਸਾਈਨ ਆ ਸਿਰ ਪਰਚੇ ਬਥੇਰੇ ਮੁੰਡਾ ਫਾਈਨ ਆ ਉਹ ਦਬਦਾ ਨਹੀਂ। ਹਾਂਜੀ ਮਿੱਤਰੋ, ਆਟੋ ਕਰਾ ਲਿਆ ਜੀ, ਬੁੱਕ ਹੁਣ ਚੱਲੇ ਮਾਲਕਪੁਰ। ਗਰਮੀ ਬਹੁਤ ਹੈ, ਛੇਤੀ ਛੇਤੀ ਪਹੁੰਚ ਕੇ ਤੁਹਾਨੂੰ ਮਿਲਦੇ ਮਾਲਕਪੁਰ। ਹਾਂ ਆਪਣਾ ਆਟੋ ਆ, ਮਗਰ ਰਹਿ ਗਈ ਬਾਈ ਸੀਟ, ਮਗਰ ਸੀਟ ਆ ਪਿੱਛੇ, ਅਸੀਂ ਪਿੱਛੇ ਬਹਿੰਦੇ ਹਾਂ। ਚਲੋ ਆਟੋ 'ਤੇ ਬਹਿੰਦੇ ਹਾਂ ਅਤੇ ਮਾਲਕਪੁਰ ਮੂਹਰੇ ਬੈਠੋ ਜਾਂਗੇ, ਮਗਰ ਰਹਿ ਗਈ ਬੈਠੋ ਜਾਂ ਲੈ ਕੇ। ਚਲੋ ਮਾਲਕਪੁਰ ਪਹੁੰਚ ਕੇ ਮਿਲਦੇ ਹਾਂ ਰਸਤੇ 'ਚ। ਸਿਨੇਮੈਟਿਕ ਦਿਖਾਉਂਦੇ ਹਾਂ, ਸਸਤੇ ਸਿਨੇਮੈਟਿਕ। ਹਾਂਜੀ ਮਿੱਤਰੋ, ਪਹੁੰਚ ਗਏ ਹਾਂ ਲੋਹੜੀ ਵਾਲੀ ਪੂਰੀ, ਥੋੜ੍ਹੀ ਨੀਂਦ ਪੂਰੀ, ਬੜੀ ਨੀਂਦ ਬਹੁਤ ਘੈਂਟ ਪੂਰੀ। ਮੱਥਾ ਟੇਕਦੇ ਕਹਿੰਦੇ, ਮੱਥਾ ਟੇਕਣਾ ਤਾਂ ਬੂਟ ਬਾਟ ਲਾਉਣੇ ਪੈਣੇ, ਬੂਟ ਲਾਉਂਦੇ ਅਤੇ ਲਾਈਨ ਲੰਬੀ ਹੋ ਗਈ, ਸੱਚੀ ਕੋਈ ਲੰਬੀ ਹੋ ਗਈ ਲਾਈਨ, ਭੀੜ ਜੀ ਹੋਣ ਲੱਗ ਗਈ। ਛੇਤੀ ਚੱਲਦੇ ਹਾਂ ਅਤੇ ਬੂਟ ਲਾਉਂਦੇ, ਛੇਤੀ ਚੱਲ ਕੇ ਮੱਥਾ ਟੇਕਦੇ ਹਾਂ, ਵਾਪਸ ਪੈ ਨਹੀਂ ਆਪਣੀ ਸ਼ਾਮ ਦੀ, ਇਹ ਛੁੱਟ ਨਾ ਜਾਵੇ। ਹਾਂਜੀ ਆਪਾਂ ਪਹੁੰਚ ਗਏ ਜੀ ਬੁੱਧੂ ਮਾਤਾ ਮੰਦਰ, ਉੱਥੇ ਮੱਥਾ ਟੇਕਦੇ ਹਾਂ ਅਤੇ ਫਿਰ ਆਪਾਂ ਨਿਕਲਾਂਗੇ, ਕਿਉਂਕਿ ਸਰਵਾੜੀ ਦੀ ਟ੍ਰੇਨ ਆ, ਪਹਿਲਾਂ ਮੱਥਾ ਟੇਕਿਆ ਆਰਾਮ ਨਾਲ, ਇੰਨੀ ਵੀ ਕਾਲ ਨਹੀਂ ਆ, ਉਹ ਸਾਰੇ ਉੱਥੇ ਟੇਕ ਰਹੇ ਹਾਂ। ਲੈਣ ਹਜੇ ਤਾਂ ਹੈ ਨਹੀਂ, ਭੀੜ ਹੈ ਨਹੀਂ, ਪਰ ਫਿਰ ਵੀ ਛੇਤੀ ਟੇਕ ਜਾਓ। ਤਲਾਬ ਇੱਥੇ ਯਾਰ, ਲੋਕ ਨਾ ਗੰਦ ਬਹੁਤ ਪਾ ਜਾਂਦੇ ਆ। ਹਾਂਜੀ ਕਹਿੰਦੇ ਮੱਥਾ ਟੇਕ ਕੇ ਬਾਹਰ ਆ ਗਏ ਹਾਂ, ਬਸ ਹੁਣ ਚੱਲਣ ਦੀ ਤਿਆਰੀ 'ਚ ਹਾਂ, ਸਾਰੇ ਜਣੇ ਇਕੱਠੇ ਹੋ ਜਾਈਏ ਪਹਿਲਾਂ, ਅਤੇ ਬਸ ਬਾਹਰ ਖੜ੍ਹੇ ਹਾਂ। ਮੇਲਾ ਲੱਗਿਆ ਹੋਇਆ ਸਾਰੇ, ਅੰਦਰ ਵੀ ਬਹੁਤ ਵੱਡਾ ਮੇਲਾ, ਅੰਦਰ ਜਾ ਕੇ ਆਏ ਹਾਂ ਪਰ ਦਿਖਾਇਆ ਨਹੀਂ ਵੈਸੀ, ਬਸ ਚੱਲਦੇ ਹਾਂ ਥੋੜ੍ਹੀ ਦੇਰ। ਹਾਂਜੀ ਹੁਣ ਲੈਣ ਚੱਲੇ ਜੀ ਠੰਡਾ, ਕਿਉਂਕਿ ਗਰਮੀ ਸਾਰਿਆਂ ਨੂੰ ਲੱਗੀ ਜਾਂਦੀ ਆ, ਠੰਡਾ ਲੈਂਦੇ ਹਾਂ ਜਾ ਕੇ ਉੱਥੇ, ਡਿਊ ਲੈਂਦੇ ਹਾਂ, ਡਿਊ ਦੁਕਾਨ ਹੈਗੀ ਆ, ਉਹ ਹੈਗੀ ਹੈਗੀ ਆ ਸਭ, ਦੇਖੋ ਬੜਾ ਸਾਈਜ਼, ਬੜਾ 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 ਫੁੱਲ ਕਿਤਨੇ ਕਾ, ਬਸ ਬਸ ਲੈ ਲੈ। ਹਾਂਜੀ ਨਿਕਲਣ ਲੱਗਿਆ ਜੀ ਮਾਰਕੀਟ ਤੋਂ, ਚੱਲਦੇ ਹਾਂ ਚੈੱਕ ਕਰੋ। ਹਾਂ ਬਾਈ ਦੀ ਸੀਟ ਹੁਣ ਮੂਹਰੀ ਆ ਗਈ। ਸਭ ਕੋਈ ਜੀ ਪਹੁੰਚ ਗਏ ਗੁੜਗਾਉਂ ਵਾਪਸ, ਉਹ ਆ ਗਿਆ ਜੀ ਗੁੜਗਾਉਂ, ਚੈੱਕ ਕਰੋ ਰੇਲਵੇ ਸਟੇਸ਼ਨ ਆ ਗਏ। ਬਸ ਹੁਣ ਟ੍ਰੇਨ ਆਪਣੀ, ਇਸ ਤੋਂ ਬਾਅਦ ਟ੍ਰੇਨ ਦੇਖਦੇ ਹਾਂ ਮਿਲਦੀ ਹੈ ਕਿਹੜੀ, ਟ੍ਰੇਨ ਦਾ ਬਹੁਤ ਪਰ ਟਾਈਮਿੰਗ ਦਾ ਹਿਸਾਬ ਦੇਖਦੇ ਹਾਂ, ਸਾਰੀਆਂ ਐਕਸਪ੍ਰੈਸ ਪਹਿਲਾਂ ਬੈਗ ਬੁੱਕ ਉਤਾਰਦੇ ਹਾਂ ਦੇਖਦੇ। ਉਹ ਚੈੱਕ ਕਰੋ ਜੀ ਟ੍ਰੇਨ ਲੇਟ ਹੋ ਗਈ ਤਾਂ ਇੱਧਰ ਪੱਤੇ ਚੱਲਣ ਲੱਗ ਗਏ, ਚੱਕ ਬਈ ਤੇਰੀ ਵਾਰੀ ਮੇਰੀ ਵਾਰੀ, ਬੈਠਣ ਦੀ ਵੀ ਲੋੜ ਨਹੀਂ, ਖੜ੍ਹੇ ਖੜ੍ਹੇ ਚੱਲੀ ਜਾਂਦੇ ਸਾਰੇ ਪੱਤੇ ਜੀ। ਪਹੁੰਚ ਗਿਆ ਆਪਾਂ ਰਵਾੜੀ, ਅਤੇ ਵਲੋਗ ਤਾਂ ਨਹੀਂ ਬਣਾਇਆ ਕਿਉਂਕਿ ਟ੍ਰੇਨ 'ਚ ਭੀੜ ਬਹੁਤ ਸੀਗੀ, ਅਤੇ ਹੁਣ ਆਪਾਂ ਰਵਾੜੀ ਪਹੁੰਚੇ, ਇਸ ਤੋਂ ਬਾਅਦ ਹੁਣ ਆਟੋ ਫੜਨਾ ਹੈਗਾ, ਆਪਾਂ ਜਾਣਾ ਭੈਰੋ ਬਾਬੇ ਦੇ, ਅਤੇ ਆਟੋ ਦੇਖਦੇ ਰਾਤ ਨੂੰ ਚੱਲਦੇ ਕਿ ਨਹੀਂ ਚੱਲਦੇ, ਵੈਸੇ ਚੱਲਦੇ ਹੁਣ ਹੁੰਦੇ ਆ ਯਾਰ, ਯਾਦ ਨਹੀਂ ਬਹੁਤ ਟਾਈਮ ਪਹਿਲਾਂ ਗਏ ਸੀਗੇ, ਅਤੇ ਚੱਲਦੇ ਹਾਂ। ਇੱਕ ਆਹ ਬੋਲੀ ਜਾਂਦੀ ਯਾਰ ਕੁਛ, ਤਾਂ ਮੈਂ ਬਣਾਈ ਜਾਂਦਾ ਵਲੋਗ। ਅਸੀਂ ਆ ਗਿਆ ਸਟੇਸ਼ਨ ਤੋਂ ਬਾਹਰ, ਇੱਧਰ ਆਟੋ ਬਾਰੇ ਪੁੱਛੀ ਜਾਂਦੇ ਹਾਂ। ਆ ਸਾਰੇ ਆਟੋ ਲੱਗੇ ਹੈਗੇ ਆ, ਦੇਖਦੇ ਹਾਂ, ਮਹਿੰਗਾ ਲਾਈ ਜਾਂਦੇ ਆ। ਕਿਹੜਾ ਹੈਗਾ ਆਪਣੇ ਦਾ, ਦਰਵੜਾ ਵਿਵਾੜੇ, ਦਰਵੜਾ ਵਿਵਾੜੇ।
ਸਮਾਨ ਵੀ ਰੱਖਤਾ ਜੀ ਆਪਾਂ ਉੱਤੇ ਤੇ ਅੱਧੇ ਘੰਟੇ ਦਾ ਰਸਤਾ, ਅੱਧਾ ਘੰਟਾ 40 ਮਿੰਟ ਚੱਲੀਏ ਗੱਡੀ ਤੋਂ ਨਿਕਲ ਗਏ ਹਾਂ। ਬਸ ਆਪਾਂ ਚੱਲੇ ਹੁਣ ਭੈਰੋ ਬਾਬੇ ਦੇ ਮੱਥਾ ਟੇਕਣ, ਰਾਤ ਹੋ ਗਈ ਆ, ਛੇਤੀ ਛੇਤੀ ਜਾਂਦੇ ਹਾਂ। ਚਾਲੀ ਮਿੰਟਾਂ 'ਚ ਲਾਤਾ ਸੀ ਡਰਾਈਵਰ ਨੇ, ਬੜੀ ਤੇਜ਼ ਚਲਾਈ, ਗਾਣੇ ਲਾ ਕੇ ਫੋਨ 'ਚ ਹੀ ਆ ਗਿਆ ਸੀ ਬੰਦਾ, ਬਹੁਤ ਤੇਜ਼ ਚਲਾਈ। ਬਸ ਮੱਥਾ ਟੇਕਦੇ ਹਾਂ, ਹਾਂਜੀ ਆਪਾਂ ਪ੍ਰਸ਼ਾਦ ਪ੍ਰਸ਼ੂਦ ਲੈ ਲਿਆ, ਹੁਣ ਬੂਟ ਉਤਾਰਦੇ ਹਾਂ। ਸਾਹਮਣੇ ਮੰਦਰ ਆ, ਉਹ ਚੈੱਕ ਕਰੋ ਅੱਗੇ ਤੱਕ, ਬਸ ਬੂਟ ਉਤਾਰਦੇ ਹਾਂ। ਕਿੱਥੇ ਉਤਾਰੀ ਬਾਈ ਆ? ਬੂਟ ਉਤਾਰਦੇ ਹਾਂ, ਫਿਰ ਮਿਲਦੇ ਹਾਂ। ਚੈੱਕ ਕਰੋ ਜੀ ਮੰਦਰ ਪਹੁੰਚ ਗਏ, ਉਹ ਚੈੱਕ ਕਰੋ, ਰੁਕ ਜਾਓ। ਹਾਂ ਮੰਦਰ ਆ ਭੈਰੋ ਬਾਬੇ ਦਾ, ਜੈ ਭੈਰੋ, ਜੈ। ਉੱਥੇ ਸਾਰਾ ਬੰਦੇ ਰਹਿੰਦੇ ਆ ਸੋਣ ਨੂੰ, ਰਾਤ ਰੁਕਣ ਵਾਸਤੇ ਸਾਰਾ। ਹੁਣ ਅਸੀਂ ਬੂਟ ਉਤਾਰ ਕੇ ਅੰਦਰ ਚੱਲਦੇ ਹਾਂ, ਸ਼ੂਜ਼ ਵਗੈਰਾ ਉਤਾਰਦੇ ਆ, ਹੁਣ ਚੱਲੇ ਹਾਂ ਜੀ ਹੱਥ ਧੋਣ। ਇੱਧਰ ਆ ਸਾਰਾ ਤਲਾਬ ਆ ਬਈ, ਆ ਸਾਰਾ ਤਲਾਬ ਆ, ਇੱਥੇ ਬੰਦ ਸੁੱਕਿਆ ਵਾ। ਅੱਛਾ ਕਰੋ ਜੀ, ਜੈ ਭੈਰੋ ਬਾਬਾ ਜੀ। ਹਜੇ ਵਿਆਹ ਹੈਗਾ 11 ਨੂੰ, ਉਦੋਂ ਦੀ ਤਿਆਰੀ ਚੱਲੀ ਜਾਂਦੀ ਹੈਗੀ ਆ, ਪੇਂਟ ਪੂੰਟ ਚੱਲ ਰਿਹਾ। 11 ਨੂੰ ਵਿਆਹ ਹੈਗਾ, 2-3 ਦਿਨਾਂ ਬਾਅਦ, ਉਦੋਂ ਆਪਾਂ ਨੂੰ ਟਾਈਮ ਮੈਨੇਜ ਨਹੀਂ, ਆਪਾਂ ਹੁਣ ਆ ਗਏ। ਚਲੋ ਹੱਥ ਮਾਰ ਕੇ ਪ੍ਰਸ਼ਾਦ ਕੱਢ ਲਿਆ, ਦੱਸੀ ਜਾਂਦਾ ਸੀ ਮੈਂ ਵੀਰ ਨੂੰ, ਵੀਰ ਨੇ ਚੱਕਤਾ ਮੋਰਚਾ ਮਾਰਤਾ। ਮੈਨੂੰ ਸਮੀਰ ਨੇ ਦੱਸਿਆ ਸੀ ਵੀ ਇਹ ਵਿੱਚੋਂ ਪ੍ਰਸ਼ਾਦ ਕੱਢਦੇ ਬਾਈ। ਹਜੇ ਨਾ ਉਹ ਸੰਗਤ ਆਈ ਨਹੀਂ, 11 ਨੂੰ ਉੱਤੋਂ ਤੱਕ ਭਰ ਜਾਂਦਾ ਹੁੰਦਾ ਉਹ। ਬਾਈ ਕਹਿੰਦੇ ਸੇਵਾ ਕਰੀ ਜਾਂਦਾ ਬਾਬਾ ਜੀ ਦੀ। ਹਾਂਜੀ ਮੱਥਾ ਮੁੱਥਾ ਟੇਕ ਲਿਆ ਆਪਾਂ, ਹੁਣ ਚੱਲੇ ਹਾਂ ਜੀ ਸਰੋਵਰ ਕੋਲ। ਸਰੋਵਰ ਵੈਸੇ ਖਾਲੀ ਹੋਇਆ ਹੋਇਆ ਹੈਗਾ, ਪਤਾ ਨਹੀਂ ਕਦੋਂ ਕਿਉਂ ਖਾਲੀ ਕੀਤਾ, ਚੈੱਕ ਕਰੋ। ਖਾਲੀ ਆ ਬਸ, ਇੱਧਰ ਆਇਆ ਬਾਈ ਥੱਲੇ, ਡੂੰਘਾ ਬਹੁਤ ਆ ਦੇਖੋ। ਇਹ ਤਾਂ ਹਜੇ ਸੁੱਕਾ ਪਿਆ, ਉੱਤੋਂ ਤੱਕ ਭਰਿਆ ਪਿਆ ਹੁੰਦਾ ਇਹ, ਪਰ ਇਹ ਸੁੱਕਾ ਪਤਾ ਨਹੀਂ ਕਿਉਂ ਹੈਗਾ, ਜਦੋਂ ਅਸੀਂ ਆਉਂਦੇ ਹੁੰਦੇ 11 ਤੋਂ ਭਰਿਆ ਹੁੰਦਾ। ਹਾਂ ਐਂ ਕਰਦੇ ਆ, ਹੱਥ ਪੈਰ ਹੀ ਧੋਂਦੇ ਆ ਉਹ, ਐਂ ਵੀ ਚੱਲ ਬੰਦਾ ਮਾੜਾ ਚੱਲ ਪੌੜੀ ਵੀ ਚੈੱਕ ਕਰ ਲੈ ਕਿੰਨੀ ਉੱਚੀ ਹੈ ਵੈਸੇ।
ਜਿਹਾ ਹੱਥ ਪਾਇਆ ਸੀਗਾ ਵਿੱਚ ਬਾਈ ਨੇ ਕੱਢਣ ਵੇਲੇ ਪ੍ਰਸ਼ਾਦ, ਅਤੇ ਆ ਕੜਾ ਪੂਰਾ ਸਾਫ਼ ਹੈ, ਧੋ ਜਿਵੇਂ ਧੋ ਆ ਕੇ ਲੈ ਕੇ ਆਏ ਉਵੇਂ ਨਿਕਲਿਆ ਗੋਰੋ ਗੋਰੋ ਚਟੇਟਾ। ਹਾਂਜੀ ਕਹਿੰਦੇ ਮੱਥਾ ਮੱਥਾ ਟੇਕ ਲਿਆ, ਹੁਣ ਪਾਉਣ ਲੱਗੇ ਬੂਟ, ਗਾਣੇ ਚੱਲੀ ਜਾਂਦੇ ਤਾਂ ਉਹ ਭਜਨ ਚੱਲਦੇ ਆ, ਆਵਾਜ਼ ਨਹੀਂ ਆ ਰਹੀ ਉਹਨੂੰ, ਵਲੋਗ ਆਪਾਂ ਬਾਅਦ 'ਚ ਕਰਦੇ ਹਾਂ। ਹਾਂਜੀ ਮੱਥਾ ਮੱਥਾ ਟੇਕ ਲਿਆ, ਹੁਣ ਆਪਾਂ ਚੱਲੇ ਹਾਂ ਜੀ ਆਟੋ ਕੋਲ, ਜਲਦੀ ਜਲਦੀ ਚੱਲਦੇ ਹਾਂ, ਫਿਰ ਐਵੇਂ ਬਾਹਲਾ ਟਾਈਮ ਹੋ ਗਿਆ, ਹਨੇਰਾ ਹੋ ਗਿਆ ਪੈਂਦੀ ਬਹੁਤ, ਰਾਤ ਦੇ 10:30-11 ਵਜੇ ਨਾਲੇ ਹੋ ਗਏ ਹਿਸਾਬ ਨਾਲ, ਟਾਈਮ ਤੋਂ ਦੇਖਿਆ ਨਹੀਂ ਮੈਂ। ਹਾਂਜੀ ਹੁਣ ਆਪਾਂ ਹੋ ਚੁੱਕੇ ਜੀ ਵਿਹਲੇ, ਹੁਣ ਚੱਲੇ ਹਾਂ ਸੂਸਾ ਪਾ ਲਏ, ਚੱਲੇ ਹਾਂ ਆਟੋ ਕੋਲ, ਅਤੇ ਇੱਕ ਲਿਮਕੇ ਦੀ ਬੋਤਲ ਇੱਥੇ ਸੋ ਪੀਂਦੇ ਹਾਂ, ਅਤੇ ਜਾ ਕੇ ਸਟੇਸ਼ਨ 'ਤੇ ਰੋਟੀ ਵੀ ਖਾਣੀ ਆ, ਚੱਲਦੇ ਹਾਂ। ਫਿਲਹਾਲ ਤਾਂ ਸੁਣਸਣਾ ਹੋਈ ਗਿਆ ਚੱਕ ਚੰਡੋਲ ਬਣਦਾ, ਸਵੇਰੇ ਚੱਲੂਗੀ ਸਾਰਾ ਕੁਛ, ਆਪਾਂ ਰਾਤ ਨੂੰ ਆਏ ਨਾ, ਬਸ ਚੱਲੇ ਹਾਂ, ਬਾਏ ਬਾਏ ਕਰਦੇ ਹਾਂ, ਭੈਰੋ ਬਸ ਨੂੰ ਜੈ ਭੈਰੋ ਬਾਬਾ। ਚੈੱਕ ਕਰੋ ਲਿਮਕੇ ਦੀ ਬੋਤਲ ਪੀਤੀ ਸੀ ਆ ਪੀਏ। ਹਾਂਜੀ ਬਾਈ ਜਾਣ ਦਾ ਟਾਈਮ ਹੋ ਗਿਆ, ਇੱਧਰ ਆਪਣੇ ਆਟੋ ਵਾਲਾ ਬਾਹਲੀ ਹਨੇਰੀ ਠਾਂਦਾ ਯਾਰ, ਬਾਹਲੀ ਤੇਜ਼ ਚਲਾਉਂਦਾ ਜੀ, ਬਾਹਲਾ ਹੈਵੀ ਡਰਾਈਵਰ ਹੈ ਪੂਰਾ, ਭਜਾਉਂਦਾ ਹੀ ਲੈ ਕੇ ਆਇਆ। ਚਲੋ ਬਸ ਇੱਥੇ ਟਾਈਲਾਂ ਟੂਲਾਂ ਜੀ, ਅੱਗੇ ਤਾਂ ਹਾਈਵੇ ਆ ਪੂਰਾ, ਇਹ ਪਿੰਡ 'ਚ ਆ ਜਾਂਦਾ ਕੁੰਡ, ਹਨੇਰਾ ਹੋਇਆ ਵਾ ਕਿਉਂਕਿ ਆਪਾਂ ਲੇਟ ਆਏ ਹਾਂ, 10:45 ਹੋਏ ਹੋਏ ਆ, ਚੱਲਦੇ ਹਾਂ ਬਸ। ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਰਵਾੜੀ ਫਿਰ ਤੋਂ, ਅਤੇ ਆ ਕੇ ਇੱਥੇ ਮਾੜੀ ਭਸੜ ਜਿਹੀ ਹੋ ਗਈ ਸੀ ਡਰਾਈਵਰ ਨਾਲ, ਬੜੇ ਪੁੱਛਾਂ ਚੁਕਾ ਦੀਆਂ ਵੀ ਉਹਨੇ, ਬੜਾ ਤੇਜ਼ ਚਲਾਉਂਦਾ ਬਲਿੰਦਰ, ਬਾ ਹਰਿਆਣੇ ਵਾਲਾ ਡਰਾਈਵਰ ਬਾਹਲੇ ਖੱਬੇ ਆ। ਬਸ ਹੁਣ ਕੁਛ ਖਾਂਦੇ ਪੀਂਦੇ ਹਾਂ, ਰਾਤ ਦੇ 11:30 ਹੋ ਗਏ, ਦੇਖਦੇ ਹਾਂ ਅੱਜ ਦੁਕਾਨਾਂ ਬਹੁਤ ਆ ਇੱਥੇ। ਹਾਂਜੀ ਰੈਸਟੋਰੈਂਟ ਆ ਗਿਆ, ਖਾਣੀ ਦਾ ਔਡਰ ਕਰ ਲਈ ਆਪਾਂ, ਥੋੜ੍ਹਾ ਟਾਈਮ ਲਾ ਕੇ ਬਸ ਬਹਿੰਦੇ ਹਾਂ, ਰੋਟੀ ਖਾ ਕੇ ਕੁਛ ਬੋਲ ਦਿੰਦੀ ਆ। ਹਾਂਜੀ ਰੋਟੀ ਰਾਟੀ ਖਾ ਲਈ ਆ, ਹੁਣ ਆਪਾਂ ਆਏ ਹਾਂ ਜੀ ਟਿਕਟ ਲੈਣ, ਟਿਕਟ ਕਰ ਲੈਂਦੇ ਹਾਂ ਬਠਿੰਡੇ ਦੀ, ਬਹੁਤ ਮਜ਼ਾ ਆਉਂਦੀ ਸੀ, ਘਰ ਚੱਲਦੇ ਹਾਂ। ਹਾਂਜੀ ਟਿਕਟ ਬੁੱਕ ਕਰਾਉਣ ਆਏ ਸੀ, ਪਰ ਇਹ ਕਹਿੰਦੇ 2 ਘੰਟੇ ਪਹਿਲਾਂ ਟਿਕਟ ਬੁੱਕ ਕਰਾਇਆ ਕਿਉਂਕਿ ਉਸ ਤੋਂ ਪਹਿਲਾਂ ਟਿਕਟ ਨਹੀਂ ਹੋ ਸਕਦੀ ਬੁੱਕ, ਅਤੇ ਹੁਣ ਚਲੋ ਆਪਾਂ ਚੱਲਦੇ ਹਾਂ, 2 ਘੰਟੇ ਬਾਅਦ ਬੁੱਕ ਕਰਾਵਾਂਗੇ, ਬੈਕ ਚੱਲਦੇ ਹਾਂ, 8 ਪਲੇਟਫਾਰਮ 'ਤੇ ਚੱਲਦੇ ਹਾਂ ਯਾਰ, ਪਲੇਟਫਾਰਮ 'ਤੇ ਚੱਲਦੇ ਹਾਂ, 2 ਘੰਟੇ ਬਾਅਦ ਆ ਜਾਵਾਂਗੇ। ਹਾਂਜੀ ਮਿੱਤਰੋ ਰੋਟੀ ਰਾਟੀ ਖਾ ਕੇ ਆਪਾਂ ਆ ਗਏ ਸੀ ਸੌਣ, ਸਟੇਸ਼ਨ 'ਤੇ ਸਿੱਧੇ ਪਏ ਸੀਗੇ, ਉਸ ਤੋਂ ਬਾਅਦ ਹੁਣ ਟ੍ਰੇਨ ਤਾਂ ਆਪਣੀ ਕਦੋਂ ਦੀ ਆਈ, ਆਪਾਂ ਟ੍ਰੇਨ 'ਚ ਬੈਠੇ, ਬਹੁਤ ਬਸ ਹੁਣ ਟ੍ਰੇਨ 'ਚ ਬੈਠਿਆ, ਟ੍ਰੇਨ ਦੀ ਟਾਈਮਿੰਗ ਹੈਗੀ 4:40 ਦੀ, ਅਤੇ 3:30-4:15 ਹੋ ਗਏ ਆ, ਥੋੜ੍ਹੇ ਟਾਈਮ ਨੂੰ ਨਿਕਲ ਜਾਓ, ਟਿਕਟ ਵੀ ਲੈ ਲਈ ਆ, ਅਤੇ ਬਸ ਬੈਠੇ ਹਾਂ ਟ੍ਰੇਨ ਦੇ ਅੰਦਰ। ਟ੍ਰੇਨ ਤਾਂ ਬਹੁਤ ਟਾਈਮ ਦੀ ਆ, ਪਰ ਟ੍ਰੇਨ ਦੇ ਅੰਦਰ ਬਹਿ ਤਾਂ ਜਾਂਦੇ, ਪਰ ਮੱਛਰ ਸੀਗੀ, ਮਸਾਂ ਸੀਟ ਲੱਗੀ ਮੂਹਰੇ ਆ ਕੇ, ਬਸ ਥੋੜ੍ਹੇ ਟਾਈਮ ਨੂੰ ਟ੍ਰੇਨ ਨਿਕਲ ਜਾਣੀ ਹੈ, ਫਿਰ ਆਪਾਂ ਯਾਰ ਆਉਣੀ ਫਿਰ ਪੰਜਾਬ ਨੂੰ ਫਿਰ ਵਾਪਸ। ਹਾਂਜੀ ਆਪਾਂ ਪਹੁੰਚ ਗਏ ਜੀ ਬਠਿੰਡੇ ਆਪਣੇ ਸ਼ਹਿਰ, ਅਤੇ ਉਸ ਤੋਂ ਬਾਅਦ ਵਲੋਗ ਇਸ ਕਰਕੇ ਨਹੀਂ ਕੀਤਾ ਕਿਉਂਕਿ ਸੋ ਗਏ ਸੀ ਯਾਰ, 3:30 ਤੋਂ ਸੁੱਤੇ ਹਾਂ, ਅਤੇ 12 ਉੱਠੇ ਜਦੋਂ ਟ੍ਰੇਨ ਪਹੁੰਚੀ ਆ, ਅਤੇ ਹੁਣ ਬਠਿੰਡੇ ਆ ਗਏ ਹਾਂ, ਮੋਟਰਸਾਈਕਲ 'ਤੇ ਖੜ੍ਹਾ ਕੱਢਦੇ ਹਾਂ ਮੋਟਰਸਾਈਕਲ, ਅਤੇ ਬਾਕੀ ਆਪਾਂ ਅੱਜ ਦਾ ਵਲੋਗ ਕਰਦੇ ਇੱਥੇ ਹਾਂ, ਹੋਪ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇ, ਜੇ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਅਤੇ ਬੈਲ ਵਾਲਾ ਆਈਕਨ ਦੱਬ ਦਿਓ, ਆਪਾਂ ਮਿਲਦੇ ਹਾਂ ਨੈਕਸਟ ਵਲੋਗ 'ਚ, ਟਿਲ ਦੈਨ ਟੇਕ ਕੇਅਰ, ਬਾਏ ਬਾਏ। ਸਲਾਮ ਮੇਰੇ ਭਾਈ, ਅਚਾਨਾ ਹੈ ਤੋ ਸਭ ਕੁਛ ਛੋੜਨਾ ਕੰਮ।